ਰਹਿਮਾਨ ਰਹੀਮ ਅਸਲਾਮ ਅਲੈਕੁਮ ਮੇਰੇ ਤਮਾਮ ਭੈਣ ਭਾਈਓ, ਉਮੀਦ ਕਰਨੇ ਆ ਠੀਕ ਠਾਕ ਹੋਸੋ, ਜਿੱਥੇ ਰਹੋ ਖੁਸ਼ ਰਹੋ, ਆਬਾਦ ਰਹੋ, ਹੱਸਦੇ ਮੁਸਕਰਾਉਂਦੇ ਰਹੋ ਅਤੇ ਤੁਹਾਡੀਆਂ ਦੁਆਵਾਂ ਨਾਲ ਅਸੀਂ ਬਿਲਕੁਲ ਠੀਕ ਠਾਕ ਹਾਂ। ਸ਼ੁਕਰ ਅੱਲਾ ਪਾਕ ਹਰ ਤਰ੍ਹਾਂ ਮਦਦ ਕਰੇ, ਹਰ ਤੰਦਰੁਸਤੀ ਦੇ ਵਸੇ ਦੇ ਜ਼ਿੰਦਗੀ ਦੇ ਉੱਤੇ, ਜਿਹੜੇ ਮੇਰੇ ਭੈਣਾਂ ਵੀਰਾਂ ਬਿਮਾਰ ਨੂੰ ਅੱਲਾ ਪਾਕ ਸ਼ਫਾ ਦੇਵੇ ਅਤੇ ਜਿਹਨਾਂ ਕੋਲ ਕਾਰੋਬਾਰ ਨਹੀਂ ਨਾ ਉਹਨਾਂ ਨੂੰ ਅੱਲਾ ਪਾਕ ਕਾਰੋਬਾਰ ਦੇਵੇ ਅਤੇ ਜਿਹਨਾਂ ਕੋਲ ਔਲਾਦ ਨੇ ਉਹਨਾਂ ਨੂੰ ਅੱਲਾ ਪਾਕ ਨੇਕ ਔਲਾਦ ਦੇਵੇ ਅਤੇ ਅੱਲਾ ਪਾਕ ਨਾ ਹਰ ਦੇ ਕਾਰੋਬਾਰ 'ਚ ਬਰਕਤ ਪਾਵੇ ਅਤੇ ਅੱਲਾ ਪਾਕ ਨਾ ਹਰ ਦੀਆਂ ਪਰੇਸ਼ਾਨੀਆਂ ਦੂਰ ਕਰੇ ਅਤੇ ਅੱਲਾ ਦਾ ਨਾਂ ਲੈ ਕੇ ਨਾ ਅੱਜ ਦੇ ਵਲੋਗ ਕਰਨੇ ਆਗਾਜ਼। ਟਾਈਮ ਨਾ ਹੁਣ ਬਿਲਕੁਲ ਨਾ ਸ਼ਾਮ ਦਾ ਹੋਣ ਵਾਲਾ ਅਤੇ ਸਾਨੂੰ ਨਾ ਕੰਮ ਤਾਂ ਮਜਬੂਰੀ ਕਾਫੀ ਬਣ ਗਈ, ਕਿਉਂਕਿ ਪੜ੍ਹੇ ਨਾ ਮੈਂ ਪੱਠੇ ਕਈ ਨਿਆਣ ਉਹਦੇ ਵਗ ਗਈ ਹਾਂ ਅਤੇ ਉਦੋਂ ਕੁਛ ਲੇਟ ਆਈ ਅਤੇ ਨਾਲੇ ਨਾ ਸਾਡਾ ਨਾ ਕਰੀਬੀ ਰਿਸ਼ਤੇਦਾਰ ਹੈ ਤਾਂ ਫੌਤਕੀ ਹੋ ਗਈ ਆਈ, ਉਸ ਤੋਂ ਬਾਅਦ ਨਾ ਮੁੜ ਉਦੇ ਗਈ ਹਾਂ ਅਤੇ ਬੱਚਿਆਂ ਨੂੰ ਰੋਟੀਆਂ ਕਈ ਨਹੀਂ ਪਕਾ ਦਿੱਤੀਆਂ, ਜੇ ਹੁਣ ਆਈ ਹਾਂ ਉਦੋਂ ਤਾਂ ਹੁਣ ਪਕਾਉਣੀਆਂ, ਅਜੇ ਇੱਕ ਪਾਸ ਹੋ ਆਈ ਅਤੇ ਇੱਕ ਨਾ ਮਰੀਜ਼ ਬਿਲਕੁਲ ਸੀਰੀਅਸ ਪਿਆ ਤਾਂ ਅੱਲਾ ਪਾਕ ਨਾ ਉਹਨੂੰ ਜ਼ਿੰਦਗੀ ਦੇਵੇ, ਕਿਉਂਕਿ ਨਾ ਮੇਰੀ ਅੰਮੀ ਦੀ ਨਾ ਖਾਲਾ ਹੈ ਤਾਂ ਅੱਲਾ ਪਾਕ ਹਰ ਤਰ੍ਹਾਂ ਮਤ ਕਰੇ। ਅਤੇ ਉਸ ਤੋਂ ਬਾਅਦ ਨਾ ਮੁੜ ਬਾਈ ਜੇ ਦੁੱਖ ਸੁੱਖ ਤਾਂ ਜਾ ਵੀ ਆਵੀਏ, ਨਹੀਂ ਤਾਂ ਨਾ ਹਰ ਕੋਈ ਆਉਂਦਾ ਵੀ ਆਉਂਦਾ ਨਹੀਂ, ਹੋਰ ਨਾ ਜਿਹੜਾ ਹਾਲਾਤ ਮੇਰਾ ਹੈ ਨਾ ਇੱਕ ਵਿਲਾਰ ਸਾਡਾ ਤਾਂ ਉਹਦੀ ਤਬੀਅਤ ਸਹੀ ਨਹੀਂ ਪੀ ਹੁੰਦੀ, ਕਿਉਂਕਿ ਪਤਾ ਨਹੀਂ ਉਹਨੂੰ ਕੀ ਵਜ੍ਹਾ ਹੈ ਬਈ ਨਾ ਦੱਸ ਸਕਦਾ, ਅਤੇ ਦਵਾਈ ਇੱਕ ਦੋ ਵਾਰੀ ਲਈ ਵੀ ਹੈ ਅਤੇ ਅੱਲਾ ਪਾਕ ਕਰਮ ਕਰੇ ਸੀ। ਅਤੇ ਉਸ ਤੋਂ ਬਾਅਦ ਨਾ ਸਾਡੇ ਵੀਡੀਓ ਬਣੀ ਕੋਈ ਨਹੀਂ ਅਤੇ ਹੁਣ ਮੈਂ ਗਾ ਰਹੀ, ਬੱਚੇ ਵਿਚਾਰੇ ਜਿੱਤਣ ਜੋਗੇ ਉਹਨਾਂ ਕੀਤੇ ਨੇ ਅਤੇ ਨਾਲ ਨਾ ਅਸੀਂ ਉਹਨਾਂ ਡੰਗਰ ਦੂਸਰੇ ਤੀਸਰੇ ਦਿਨ ਦੇ ਨਾ ਅਸੀਂ ਤੰਦਰ ਬੰਨੀ ਦੇਣ, ਕਿਉਂਕਿ ਉਹਨਾਂ ਸਰਦੀ ਕਾਫੀ ਜ਼ਿਆਦਾ ਹੁੰਦੀ ਹੈ ਅਤੇ ਮੁੜ ਡੰਗਰ ਜੇ ਬੋਲ ਨਹੀਂ ਸਕਦਾ ਤਾਂ ਸਰਦੀ ਤਾਂ ਉਹਨਾਂ ਨੂੰ ਵੀ ਲੱਗਦੀ ਹੈ ਨਾ। ਅਤੇ ਉਸ ਤੋਂ ਬਾਅਦ ਨਾ ਡੋਰ ਅੰਦਰ ਮੈਨੂੰ ਸੁਬਹਾ ਸੁਬਹਾ ਕਾੜ ਲਈ ਦਿੰਦੇ ਤਾਂ ਉਹਨਾਂ ਸੁਣਾਇਆ ਨਾ ਹੇਠ ਪਾ ਜਾਤ ਲਈ ਸੁੱਕਾ ਇਹਨੂੰ ਕਦੇ ਨਾ ਉਹਨਾਂ ਜਗ੍ਹਾ ਜੇ ਥੋੜ੍ਹੀ ਸਿੰਨੀ ਉਹਨਾਂ ਸੁੱਕ ਸੁੱਕਾ ਹੋ ਜਾਂਦਾ ਮੁੰਡਾ ਡੰਗਰਾ ਬਣਾ ਹੀ ਹੁੰਦਾ ਅਤੇ ਅੱਲਾ ਪਾਕ ਆਰਾਮ ਕਰੇ ਤਾਂ ਅੱਲਾ ਪਾਕ ਨੇ ਹਰ ਤਰ੍ਹਾਂ ਮਤ ਕਰੇ। ਅਤੇ ਰਿਕੁਐਸਟ ਹੀ ਆ ਭੈਣਾਂ ਭਾਈਆਂ ਕੋ ਵੀ ਸਾਡੀ ਵੀਡੀਓ ਨੇ ਸ਼ੁਰੂ ਤੋਂ ਆਖਿਰ ਤੇ ਵੇਖੀ ਕਰੋ, ਲਾਈਕ ਕੀਤਾ ਕਰੋ, ਕਮੈਂਟ ਸ਼ੇਅਰ ਕੀਤਾ ਕਰੋ ਅਤੇ ਬਾਈ ਨਾ ਤੁਹਾਡੀ ਸਪੋਰਟ ਦੀ ਜ਼ਰੂਰਤ ਹੈ ਅਤੇ ਅੱਲਾ ਪਾਕ ਨਾ ਤੁਹਾਡੀ ਦੁਆਵਾਂ ਨਾਲ ਅਤੇ ਤੁਹਾਡੀ ਸਪੋਰਟ ਨਾਲ ਅੱਲਾ ਪਾਕ ਅਤੇ ਸਾਨੂੰ ਵੀ ਕਾਮਯਾਬ ਕਰੇ ਸੀ, ਇਨਸ਼ਾਅੱਲਾ ਅੱਲਾ ਪਾਕ ਹਰ ਨੂੰ ਕਾਮਯਾਬ ਕਰੇ ਤਾਂ ਅੱਲਾ ਪਾਕ ਨਾ ਹਰ ਦੇ ਕਾਰੋਬਾਰ 'ਚ ਬਰਕਤ ਪਾਵੇ ਤਾਂ ਅੱਲਾ ਪਾਕ ਹਰ ਦੀ ਜ਼ਿੰਦਗੀ ਕਰੇ। ਅਤੇ ਸਾਡੇ ਨਾਲ ਬੋਲੀ ਬਾਈ ਇਹ ਹੀ ਹੈ ਪੰਜਾਬੀ, ਜੇਕਰ ਅਸੀਂ ਗਲਤੀ ਮੂੰਹ 'ਚ ਨਿਕਲ ਜਾਂ ਤਾਂ ਮਾਦਰਾ ਚਾਹੁੰਦੇ ਹਾਂ, ਕਿਉਂਕਿ ਜਿਹੜੀ ਬੋਲੀ ਸਾਡੀ ਆਪਣੀ ਬਾਈ ਅਸੀਂ ਇਹ ਹੀ ਬੋਲਦੇ ਹਾਂ। ਅਤੇ ਸਾਡੇ ਨਾ ਬਿਲਾਲ ਵਾਸਤੇ ਦੁਆ ਕੀਤੀ ਕਰੋ ਵੀ ਅੱਲਾ ਪਾਕ ਨੇ ਨਹੀਂ ਤੰਦਰੁਸਤੀ ਦੇਵੇ ਅਤੇ ਇਕਬਾਲ ਹੈ ਤਾਂ ਉਹਦੀ ਤਬੀਅਤ ਖਰਾਬ ਰਹਿੰਦੀ ਕਾਫੀ ਪਰੇਸ਼ਾਨੀ ਤਾਂ ਅੱਲਾ ਪਾਕ ਆਰਾਮ ਕਰੇ ਸੀ, ਅੱਲਾ ਪਾਕ ਹਰ ਦੀ ਪਰੇਸ਼ਾਨੀਆਂ ਦੂਰ ਕਰੇ। ਅਤੇ ਅੱਜ ਦੇ ਵਲੋਗ ਤੋਂ ਨਾ ਇੱਥੇ ਭੈਣਾਂ ਬਾਈਆਂ ਕੋਲ ਲੈਂਦੇ ਹਾਂ ਇਜਾਜ਼ਤ, ਅੱਲਾ ਹਾਫਿਜ਼।